ਪੰਜਾਬ ਡੀਜੀਪੀ ਸਾਹਿਬ ਦੀ ਸੁਪਰਵਿਜ਼ਨ ਦੇ ਹੇਠ ਤੋਂ ਪਹਿਲਾਂ ਮੈਂ ਇਸ ਵੀਕ ਦਾ ਡਾਟਾ ਸ਼ੇਅਰ ਕਰਨਾ ਚਾਹੂੰਗਾ। ਇਸ ਵੀਕ ਦੇ ਵਿੱਚ ਟੋਟਲ ਜਿਹੜੀਆਂ ਐੱਫ ਆਈ ਆਰ ਦਰਜ ਕੀਤੀਆਂ ਐੱਨ ਡੀ ਪੀ ਐਸ ਐਕਟ ਦੇ ਵਿੱਚ 221 ਐੱਫ ਆਈ ਆਰ ਦਰਜ ਕੀਤੀਆਂ ਗਈਆਂ ਅਤੇ 302 ਜਿਹੜੇ ਨੇ ਅਕਿਊਜ਼ ਗ੍ਰਿਫਤਾਰ ਕੀਤੇ ਗਏ। ਇਹਦੇ ਵਿੱਚੋਂ ਕਮਰਸ਼ੀਅਲ ਕੁਆਂਟਿਟੀ ਦੀਆਂ 34 ਐੱਫ ਆਈ ਆਰ ਦਰਜ ਕੀਤੀਆਂ ਗਈਆਂ ਅਤੇ 52 ਵੱਡੇ ਸਮੱਗਲਰ ਜਿਹੜੇ ਆ ਉਹ ਅਰੈਸਟ ਕੀਤੇ ਗਏ। ਮੀਡੀਅਮ ਕੁਆਂਟਿਟੀ ਦੀਆਂ 165 ਐੱਫ ਆਈ ਆਰ ਦਰਜ ਕੀਤੀਆਂ ਗਈਆਂ, ਸਮਾਲ ਕੁਆਂਟਿਟੀ ਦੀਆਂ 22 ਐੱਫ ਆਈ ਆਰ ਦਰਜ ਕੀਤੀਆਂ ਗਈਆਂ। ਜ਼ਿਲ੍ਹਾਵਾਰ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਧ ਪਟਿਆਲਾ ਦੇ ਵਿੱਚ 19 ਐੱਫ ਆਈ ਆਰ, ਮਾਨਸਾ 'ਚ 12, ਮੋਗਾ 'ਚ 12 ਐੱਫ ਆਈ ਆਰ ਦਰਜ ਕੀਤੀਆਂ ਗਈਆਂ। ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਸਭ ਤੋਂ ਵੱਧ ਐੱਫ ਆਈ ਆਰ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ 6 ਦਰਜ ਕੀਤੀਆਂ ਗਈਆਂ, ਅੰਮ੍ਰਿਤਸਰ ਰੂਰਲ ਦੇ ਵਿੱਚ 5, ਪਟਿਆਲਾ ਦੇ ਵਿੱਚ 4। ਰਿਕਵਰੀ ਜਿਹੜੀ ਆ ਉਹਦੇ ਵਿੱਚ ਹੈਰੋਇਨ ਦੀ 24 ਕਿਲੋ ਦੀ ਰਿਕਵਰੀ ਜਿਹੜੀ ਆ ਹੋਈ ਹੈ ਇਸ ਵੀਕ ਦੇ ਵਿੱਚ। ਓ ਪੀ ਐੱਮ ਦੀ 10 ਕਿਲੋ ਦੀ ਰਿਕਵਰੀ ਹੋਈ ਹੈ। ਪੋਪੀ ਹਸਕ ਦੀ 157 ਕੁਇੰਟਲ ਦੀ ਰਿਕਵਰੀ ਹੋਈ ਹੈ। ਗਾਂਜਾ ਦੀ 8 ਕਿਲੋ ਦੀ ਰਿਕਵਰੀ ਹੋਈ ਹੈ। ਟੈਬਲੇਟ, ਕੈਪਸੂਲ, ਇੰਜੈਕਸ਼ਨ, ਜਿਹੜੀਆਂ ਮੈਡੀਕਲ ਡਰੱਗਸ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਉਹਦੀ ਕਰੀਬ 1,06,000 ਦੀ ਰਿਕਵਰੀ ਹੋਈ ਹੈ। ਔਰ 20,72,000 ਡਰੱਗ ਮਨੀ ਰਿਕਵਰ ਹੋਈ ਹੈ। ਔਰ ਇੱਕ ਸਪੈਸ਼ਲ ਕੈਂਪੇਨ ਆਪਾਂ ਚਲਾਇਆ ਸੀ ਪੀ ਓਜ਼ ਦੇ ਖਿਲਾਫ ਐੱਨ ਡੀ ਪੀ ਐੱਸ ਐਕਟ ਦੇ, ਉਹਦੇ 'ਚ ਇਸ ਵੀਕ 'ਚ 10 ਪੀ ਓ ਅਰੈਸਟ ਕੀਤੇ ਗਏ ਆ ਔਰ 1,186 ਟੋਟਲ ਹੁਣ ਤੱਕ ਪੀ ਓ ਅਰੈਸਟ ਕੀਤੇ ਗਏ ਆ। ਸੋ ਡਰੱਗਸ ਦੇ ਖਿਲਾਫ ਕਾਫੀ ਵੱਡੀ ਪੱਧਰ ਦੇ ਉੱਤੇ ਜਿਹੜੀ ਹੈ ਮਾਨਯੋਗ ਸੀ ਐੱਮ ਸਾਹਿਬ ਦੀਆਂ ਡਾਇਰੈਕਸ਼ਨਸ 'ਤੇ ਕੈਂਪੇਨ ਚਲਾਈ ਗਈ ਹੈ। ਕੁਛ ਦਿਨ ਪਹਿਲਾਂ ਸੀ ਐੱਮ ਸਾਹਿਬ ਨੇ ਇੱਕ ਰਿਵਿਊ ਮੀਟਿੰਗ ਕੀਤੀ ਸੀਗੀ ਸਾਰੇ ਪੁਲਿਸ ਦੇ ਜਿਹੜੇ ਵੱਡੇ ਔਫਿਸਰ ਸਾਹਿਬਾਨ ਦੇ ਨਾਲ, ਜਿਹਦੇ ਵਿੱਚ ਡੀ ਜੀ ਪੀ ਸਾਹਿਬ ਅਤੇ ਬਾਕੀ ਸਪੈਸ਼ਲ ਡੀ ਜੀਜ਼ ਨੇ ਪਾਰਟੀਸਪੇਟ ਕੀਤਾ ਸੀਗਾ। ਉਹਦੇ 'ਚ ਉਹਨਾਂ ਨੇ ਕੁਛ ਡਾਇਰੈਕਸ਼ਨਸ ਪੁਲਿਸ ਨੂੰ ਦਿੱਤੀਆਂ ਸੀ, ਕਿਉਂਕਿ ਪੂਰੇ ਦਾ ਪੂਰਾ ਫੋਕਸ ਜਿਹੜਾ ਵਾ ਹੁਣ ਨਸ਼ੇ ਨੂੰ ਜੜ ਤੋਂ ਖਤਮ ਕਰਨ ਦਾ ਹੈ ਪੰਜਾਬ ਦੇ ਵਿੱਚੋਂ। ਸੋ 3 ਸਟਰੈਟਜੀਜ਼ ਆਪਾਂ ਮੇਨ ਮੰਨਦੇ ਹਾਂ ਕਿ ਇੱਕ ਤਾਂ ਇਨਫੋਰਸਮੈਂਟ, ਜਿਹਦੇ ਵਿੱਚ ਜਿਹੜਾ ਮੈਂ ਜਿੱਦਾਂ ਡਾਟਾ ਸ਼ੇਅਰ ਕੀਤਾ ਜਿਹਦੇ ਵਿੱਚ ਫੜਨ ਦੇ ਉੱਤੇ ਫੋਕਸ ਆ, ਦੂਸਰਾ ਹੈਗਾ ਅਵੇਅਰਨੈਸ ਦੇ ਉੱਤੇ ਫੋਕਸ, ਅਤੇ ਤੀਸਰਾ ਹੈਗਾ ਰੀਹੈਬਲੀਟੇਸ਼ਨ ਦੇ ਉੱਤੇ ਫੋਕਸ। ਸੋ ਜਦੋਂ ਆਪਾਂ ਅਵੇਅਰਨੈਸ ਦੀ ਗੱਲ ਕਰਦੇ ਹਾਂ ਵੱਡੇ ਪੱਧਰ ਦੇ ਉੱਤੇ, ਜੋ ਸੀ ਐੱਮ ਸਾਹਿਬ ਦੀਆਂ ਇੱਕ ਤਾਂ 2-3 ਮੈਂ ਪਹਿਲਾਂ ਡਾਇਰੈਕਸ਼ਨਸ ਜਿਹੜੀਆਂ ਸ਼ੇਅਰ ਕਰਨਾ ਚਾਹੂੰਗਾ। ਇੱਕ ਉਹਨਾਂ ਦੀ ਡਾਇਰੈਕਸ਼ਨ ਸੀਗੀ ਕਿ ਪੁਲਿਸ ਔਫਿਸਰ ਸਾਹਿਬਾਨ ਜਿਹੜੇ ਨੇ ਸੀ ਪੀਜ਼ ਅਤੇ ਐੱਸ ਐੱਸ ਪੀਜ਼, ਉਹ ਪਬਲਿਕ ਡੀਲਿੰਗ ਦੇ ਉੱਤੇ ਜ਼ੋਰ ਦੇਣ। ਹਰ ਐੱਸ ਐੱਸ ਪੀ, ਹਰ ਸੀ ਪੀ ਕਮ ਸੇ ਕਮ 2 ਪੁਲਿਸ ਸਟੇਸ਼ਨ ਡੇਲੀ ਵਿਜ਼ਿਟ ਕਰੇ, ਲੋਕਾਂ ਦੇ ਨਾਲ ਜਾ ਕੇ ਗੱਲ ਕਰੇ, ਪਿੰਡਾਂ ਦੇ ਵਿੱਚ ਜਾਣ, ਅਫਸਰ ਸਾਹਿਬਾਨ ਸੱਥਾਂ 'ਚ ਬੈਠਣ, ਲੋਕਾਂ ਦੇ ਨਾਲ ਮੰਜਿਆਂ 'ਤੇ ਬੈਠ ਕੇ ਗੱਲ ਕਰਨ, ਤਾਂ ਜੋ ਉਹਨਾਂ ਦੇ ਕੋਲ ਫਸਟ ਹੈਂਡ ਇਨਫੋਰਮੇਸ਼ਨ ਆਵੇ ਔਰ ਲੋਕਾਂ ਦੇ ਨਾਲ ਪ੍ਰੋਪਰ ਰਾਬਤਾ ਕਾਇਮ ਹੋਵੇ। ਸੋ ਉਹ ਫੋਲੋ ਕੀਤਾ ਜਾ ਰਿਹਾ ਵਾ। ਦੂਸਰਾ ਉਹਨਾਂ ਦਾ ਫੋਕਸ ਸੀਗਾ ਕਿ ਬਹੁਤ ਥਾਵਾਂ ਦੇ ਵਿੱਚ ਸ਼ਿਕਾਇਤ ਆਉਂਦੀ ਹੈ ਕਿ ਜਿਹੜੇ ਥੱਲੇ ਪੁਲਿਸ ਮੁਲਾਜ਼ਮ ਪੋਸਟਡ ਨੇ, ਲੋਅਰ ਅਫੀਸ਼ੀਅਲਸ ਜਿਹੜੇ ਨੇ, ਕਈ ਥਾਵਾਂ 'ਤੇ ਕਈ ਕਈ ਸਾਲਾਂ ਤੋਂ ਪੋਸਟਡ ਨੇ, ਤਾਂ ਉਹਨੂੰ ਰਿਵਿਊ ਕਰਕੇ ਹੁਣ ਅਸੀਂ ਸਾਰੇ ਅਫਸਰ ਸਾਹਿਬਾਨਾਂ ਨੂੰ ਡੀ ਜੀ ਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਕਿ ਸਭ ਰਿਵਿਊ ਕੀਤਾ ਜਾਵੇ ਔਰ ਜਿਹੜੇ ਲੋਅਰ ਅਫੀਸ਼ੀਅਲਸ ਬਹੁਤ ਲੰਬੇ ਸਮੇਂ ਤੋਂ ਇੱਕ ਜਗ੍ਹਾ 'ਤੇ ਤੈਨਾਤ ਨੇ ਉਹਨਾਂ ਨੂੰ ਰੋਟੇਟ ਕੀਤਾ ਜਾਵੇ, ਤਾਂ ਜੋ ਕਿਸੇ ਕਿਸਮ ਦਾ ਜੇ ਕੋਈ ਨੈਕਸਸ ਹੈਗਾ ਹੈ ਜਾਂ ਕੋਈ ਪੋਸੀਬਿਲਿਟੀ ਹੈਗੀ ਆ, ਤਾਂ ਉਹਨੂੰ ਜੜ ਤੋਂ ਖਤਮ ਕੀਤਾ ਜਾਵੇ। ਸੋ ਉਸ ਚੀਜ਼ 'ਤੇ ਫੋਕਸ ਕੀਤਾ ਜਾ ਰਿਹਾ ਵਾ। ਅਵੇਅਰਨੈਸ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਜ਼ਿਲ੍ਹਾ ਵਾਈਜ਼ ਜਿਹੜੇ ਸੀ ਪੀ ਸਾਹਿਬਾਨ, ਐੱਸ ਐੱਸ ਪੀ ਸਾਹਿਬਾਨ ਆਪਣੇ ਲੈਵਲ 'ਤੇ ਔਰਗੇਨਾਈਜ਼ ਕਰ ਰਿਹਾ। 175 ਜਿਹੜੀਆਂ ਰੈਲੀਆਂ ਨੇ, 175 ਐਂਟੀ ਡਰੱਗ ਅਵੇਅਰਨੈਸ ਰੈਲੀਜ਼ ਔਰਗੇਨਾਈਜ਼ ਕੀਤੀਆਂ ਗਈਆਂ ਪਿਛਲੇ 10 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ, ਜਿਹਦੇ ਵਿੱਚੋਂ 12 ਮੇਜਰ ਈਵੈਂਟਸ ਜਿਹੜੀਆਂ ਨੇ ਔਰਗੇਨਾਈਜ਼ ਕੀਤੀਆਂ ਗਈਆਂ। ਕੁਛ ਮੈਂ ਹਾਈਲਾਈਟ ਕਰਨਾ ਚਾਹੂੰਗਾ ਉਹਦੇ ਵਿੱਚੋਂ, ਜਿੱਦਾਂ ਮਾਨਸਾ ਜ਼ਿਲ੍ਹਾ ਨੇ ਜਿਹੜਾ ਵਾ ਇੱਕ ਜਾਗ੍ਰਿਤੀ ਯਾਤਰਾ ਕੀਤੀ ਸੀਗੀ, ਫਾਜ਼ਿਲਕਾ ਨੇ ਰੇਨਬੋ ਫੰਕਸ਼ਨ ਕੀਤਾ 2023, ਮੋਗਾ ਪੁਲਿਸ ਨੇ ਵੀ ਜਿਹੜਾ ਵਾ ਉਹ ਡਰੱਗ ਫਰੀ ਮੋਗਾ ਦੇ ਤਹਿਤ ਫੰਕਸ਼ਨ ਕੀਤਾ ਬਹੁਤ ਵੱਡਾ। ਪਟਿਆਲਾ ਪੁਲਿਸ ਨੇ ਹਾਫ ਮੈਰਾਥਨ ਔਰਗੇਨਾਈਜ਼ ਕੀਤੀ। ਸ਼ਹੀਦ ਭਗਤ ਸਿੰਘ ਨਗਰ ਨੇ ਗੋਲ ਫੋਰ ਲਾਈਫ ਫੁੱਟਬਾਲ ਲੀਗ ਮੈਚ ਜਿਹੜੇ ਨੇ ਉਹ ਔਰਗੇਨਾਈਜ਼ ਕੀਤੇ। ਮਲੇਰਕੋਟਲਾ ਪੁਲਿਸ ਨੇ ਇੱਕ ਐਂਟੀ ਡਰੱਗ ਸਾਈਕਲ ਰੈਲੀ ਜਿਹੜੀ ਔਰਗੇਨਾਈਜ਼ ਕੀਤੀ। ਰੋਪੜ ਪੁਲਿਸ ਨੇ 2 ਹਾਕੀ ਮੈਚ ਕਰਾਏ ਜਿਹੜੇ ਕਿ ਪੰਜਾਬ ਅਗੇਂਸਟ ਡਰੱਗਸ ਦੇ ਥੀਮ ਦੇ ਉੱਤੇ ਕਰਾਏ ਗਏ। ਬਟਾਲਾ ਪੁਲਿਸ ਨੇ ਹਾਕੀ ਮੈਚ ਕਰਾਇਆ ਖੁਸ਼ਹਾਲ ਪੰਜਾਬ ਦੇ ਬੈਨਰ ਤਹਿਤ। ਫਤਿਹਗੜ੍ਹ ਸਾਹਿਬ ਨੇ ਜਿਹੜੀ ਆ ਫਤਿਹ ਰਨ ਮੈਰਾਥਨ ਔਰਗੇਨਾਈਜ਼ ਕੀਤੀ। ਇਸੇ ਤਰ੍ਹਾਂ ਬਰਨਾਲਾ ਪੁਲਿਸ ਨੇ ਉਮੰਗ ਜਿਹੜੀ ਆ ਉਹਦੇ ਵਿੱਚ ਕੀਤਾ, ਜਿਹਦੇ 'ਚ ਕਈ ਇਵੈਂਟ ਸੀਗੀਆਂ, ਸਾਈਕਲ ਰੈਲੀ ਸੀਗੀ, ਵਾਕਥਨ ਸੀਗੀ, ਐਂਡਿਊਰੈਂਸ ਰਨ ਸੀਗਾ ਉਹਦੇ ਵਿੱਚ। ਹੁਸ਼ਿਆਰਪੁਰ ਪੁਲਿਸ ਨੇ ਵੀ ਇਸੇ ਤਰ੍ਹਾਂ ਇੱਕ ਵਾਕਥਨ ਔਰਗੇਨਾਈਜ਼ ਕੀਤੀ। ਖੰਨਾ ਪੁਲਿਸ ਨੇ ਅਥਲੈਟਿਕ ਮੀਟ ਜਿਹੜੀ ਔਰਗੇਨਾਈਜ਼ ਕਰਾਈ। ਸੋ ਕਰੀਬ ਜਿਹੜੇ 175 ਈਵੈਂਟਸ ਦੀ ਆਪਾਂ ਗੱਲ ਕਰ ਰਹੇ ਹਾਂ, ਉਹਦੇ ਵਿੱਚ 2 ਲੱਖ ਤੋਂ ਉੱਪਰ ਜਿਹੜੇ ਯੂਥ ਆ ਉਹਨਾਂ ਨੇ ਪਾਰਟੀਸਪੇਟ ਕੀਤਾ। ਸੋ ਇਹਦਾ ਮੇਨ ਫੋਕਸ ਹੈਗਾ ਅਵੇਅਰਨੈਸ ਕ੍ਰੀਏਟ ਕਰਨੀ ਸੋਸਾਇਟੀ ਦੇ ਵਿੱਚ,
ਅਲੱਗ ਅਲੱਗ ਤਰ੍ਹਾਂ ਦੇ ਨਾਲ ਤਾਂ ਜੋ ਯੂਥ ਜਿਹੜਾ ਵਾ ਉਹ ਡਰੱਗਸ ਤੋਂ ਹਟ ਕੇ ਇਹਨਾਂ ਜਿਹੜੇ ਆ ਪੋਜ਼ਿਟਿਵ ਐਕਟੀਵਿਟੀਜ਼ ਦੇ ਵੱਲ ਨੂੰ ਉਹ ਇਨਗੇਜ ਕੀਤਾ ਜਾਵੇ। ਰੀਹੈਬਿਲੀਟੇਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ CM ਸਾਹਿਬ ਨੇ ਖਾਸ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਪੁਲਿਸ ਆਫਿਸਰ ਸਾਹਿਬਾਨ ਅਤੇ ਸਿਵਲ ਦਾ ਪ੍ਰੋਪਰ ਲਿਆਜ਼ਨ ਹੋਵੇ ਆਪਸ ਦੇ ਵਿੱਚ। ਸਿਵਲ ਦੇ ਵਿੱਚ DC ਸਾਹਿਬਾਨ ਜਿਹੜੇ ਨੇ ਉਹਨਾਂ ਨਾਲ, ਸਿਵਲ ਸਰਜਨਸ ਦੇ ਨਾਲ ਪ੍ਰੋਪਰ ਰਾਬਤਾ ਹੋਵੇ। ਪੰਜਾਬ ਦੇ ਵਿੱਚ ਇਸ ਟਾਈਮ 529 ਜਿਹੜੇ ਨੇ ਵੋਟ ਸੈਂਟਰ ਚੱਲ ਰਹੇ ਆ, 180 ਪ੍ਰਾਈਵੇਟ ਡੀਡਿਕਸ਼ਨ ਸੈਂਟਰ ਆ, ਪਲੱਸ ਗੌਰਮੈਂਟ ਡੀਡਿਕਸ਼ਨ ਸੈਂਟਰ ਆ, 36 ਵੋਟ ਕਲੀਨਿਕਸ ਚੱਲ ਰਹੇ ਆ। ਈਵਨ ਪ੍ਰਿਜ਼ਨਸ ਦੇ ਵਿੱਚ ਵੀ ਜਿਹੜਾ ਵਾ ਉਹ ਐਂਟੀ ਡਰੱਗ ਕੈਂਪੇਨ ਚਲਾਇਆ ਜਾ ਰਿਹਾ ਔਰ ਉਹਨਾਂ ਦੀ ਰੀਹੈਬਿਲੀਟੇਸ਼ਨ 'ਤੇ ਕੰਮ ਕੀਤਾ ਜਾ ਰਿਹਾ ਵਾ। ਸੋ ਇਹਨਾਂ ਦੇ ਵਿੱਚ ਜਿਹੜੇ ਪੇਸ਼ੈਂਟਸ ਦੀ ਰਜਿਸਟਰੇਸ਼ਨ ਆ ਉਹ ਕਾਫੀ ਹੈਗੀ ਆ। ਹੁਣ ਅਫਸਰਾਂ ਨੂੰ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਵੱਧ ਤੋਂ ਵੱਧ ਲੋਕ ਇਹ ਜਿਹੜੇ ਵੋਟ ਕਲੀਨਿਕਸ ਆ ਐਂਡ ਜਿਹੜੇ ਡੀਡਿਕਸ਼ਨ ਸੈਂਟਰ ਆ ਉਹਦਾ ਫਾਇਦਾ ਉਠਾਉਣ, ਉੱਥੇ ਆਉਣ, ਦਾਖਲ ਹੋਣ, ਤਾਂ ਜੋ ਵੱਧ ਤੋਂ ਵੱਧ ਬੱਚਿਆਂ ਨੂੰ ਆਪਾਂ ਇਸ ਜਿਹੜੀ ਬਿਮਾਰੀ ਆ ਉਹਤੋਂ ਨਿਜਾਤ ਦਵਾਈਏ। 164A NDPS ਐਕਟ ਦੀ ਮੈਂ ਪਹਿਲਾਂ ਵੀ ਕਈ ਵਾਰੀ ਆਪਾਂ ਗੱਲ ਕੀਤੀ ਹੈ ਕਿ ਉਹਦੇ ਵਿੱਚ ਇਮਿਊਨਿਟੀ ਹੁੰਦੀ ਹੈ ਜੇ ਕੋਈ ਬੰਦਾ ਇਹ ਮੰਨ ਲਵੇ ਜਿਹਦੇ ਸਮਾਲ ਕੁਆਂਟਿਟੀ ਵਾਲਾ ਬੱਚਾ ਹੈ। ਸੋ ਇਹਦੇ 'ਤੇ ਅਜੇ ਤੱਕ ਕਿਉਂਕਿ ਕਈ ਤਰ੍ਹਾਂ ਦੇ ਮਿਸਕਨਸੈਪਸ਼ਨ ਆ ਸੁਸਾਇਟੀ ਦੇ ਵਿੱਚ, ਕਈ ਸੋਚਦੇ ਆ ਕਿ ਜੇ ਅਸੀਂ ਮੰਨਾਂਗੇ ਸ਼ਾਇਦ ਉਹ ਕਨਫੈਸ਼ਨ ਦੀ ਫੋਰਮ ਹੋਏਗੀ। ਤੋ ਇਸ 'ਤੇ ਵੀ ਦੁਬਾਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਯੂਥ ਬੱਚੇ ਜਿਹੜੇ ਆ ਜਿਹੜੇ ਬਹੁਤ ਛੋਟੀ ਕੁਆਂਟਿਟੀ ਜਾਂ ਜਿਹੜੇ ਸਿਰਫ ਕੰਜ਼ਿਊਮ ਕਰਦੇ ਆ ਉਹ ਜੇ ਫੜੇ ਜਾਂਦੇ ਆ ਤਾਂ ਉਹਨਾਂ ਵਾਸਤੇ 64A ਦੀ ਜਿਹੜੀ ਆ ਇਮਿਊਨਿਟੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇ। ਉਹਦੇ ਵਿੱਚ ਸਿਰਫ ਇੱਕ ਕੰਡੀਸ਼ਨ ਹੁੰਦੀ ਆ ਕਿ ਉਹਨਾਂ ਨੇ ਇੱਕ ਵਾਅਦਾ ਕਰਨਾ ਹੁੰਦਾ ਕਿ ਮੈਂ ਡੀਅਡਿਕਸ਼ਨ ਸੈਂਟਰ ਜਾ ਕੇ ਅਤੇ ਪ੍ਰੋਪਰਲੀ ਡੀਅਡਿਕਟ ਹੋਵਾਂਗਾ। ਉਹਦੇ ਨਾਲ ਫਿਰ ਉਹਨੂੰ ਸਜ਼ਾ ਨਹੀਂ ਹੁੰਦੀ ਉਸ ਕੇਸ ਦੇ ਵਿੱਚ, ਔਰ ਇਹਦੀਆਂ ਕੋਈ ਲੌਂਗ ਟਰਮ ਇੰਪਲੀਕੇਸ਼ਨਸ ਵੀ ਨਹੀਂ ਹੁੰਦੀਆਂ। ਬਹੁਤ ਸਾਰੀਆਂ ਗਲਤ ਫਹਿਮੀਆਂ ਕਿ ਸ਼ਾਇਦ ਇਹਦੀ ਕੋਈ ਹੋਰ ਇੰਪਲੀਕੇਸ਼ਨ ਹੋਵੇ। ਸੋ ਇਸ 'ਤੇ ਵੀ ਅਸੀਂ ਫੋਕਸ ਕਰਨ ਜਾ ਰਹੇ ਹਾਂ ਹੁਣ। ਇਸੇ ਤਰ੍ਹਾਂ ਕੁਛ ਹੋਰ CM ਸਾਹਿਬ ਨੇ ਨਿਰਦੇਸ਼ ਦਿੱਤੇ ਸੀ ਕਿ ਬਹੁਤ ਸਾਰੇ ਸੀਨੀਅਰ ਅਫਸਰ ਸਾਹਿਬਾਨ ਸਬੋਰਡੀਨੇਟਸ ਨੂੰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਲੈ ਜਾਂਦੇ ਆ। ਉਹਦੇ ਬਾਰੇ 'ਤੇ ਵੀ ਕੰਮ ਚੱਲ ਰਿਹਾ ਕਿ ਇਹ ਚੀਜ਼ ਜਿਹੜੀ ਪ੍ਰਥਾ ਹੈ ਕਿਸੇ ਤਰ੍ਹਾਂ ਦੀ ਨਾ ਹੋਵੇ, ਤਾਂ ਜੋ ਇਹ ਕਿਉਂਕਿ ਇਹਦੇ ਤੋਂ ਕਈ ਹੋਰ ਜਿਹੜੀਆਂ ਵਾ ਕਹਿ ਲਓ ਕਿ ਕਈ ਤਰ੍ਹਾਂ ਦੇ ਹੋਰ ਕਰਪਸ਼ਨ ਪੈਦਾ ਹੁੰਦੀ ਹੈ, ਕਈ ਹੋਰ ਇਸ਼ੂਜ਼ ਆਉਂਦੇ ਆ। ਤਾਂ ਉਹਦੇ 'ਤੇ ਵੀ DGP ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਕਿ ਇਹਨੂੰ ਵੀ ਐਨਾਲਾਈਜ਼ ਕਰਕੇ ਇੰਪਲੀਮੈਂਟ ਕੀਤਾ ਜਾਵੇ ਕਿ ਜ਼ਿਲ੍ਹੇ ਤੋਂ ਜ਼ਿਲ੍ਹੇ 'ਚ ਜਦੋਂ ਕਿਸੇ ਦੀ ਟ੍ਰਾਂਸਫਰ ਹੁੰਦੀ ਹੈ ਨਾਲ ਸਬੋਰਡੀਨੇਟ ਟਰੈਵਲ ਨਹੀਂ ਕਰਨਗੇ। ਅਫਸਰ ਸਾਹਿਬਾਨ ਆਪਣਾ ਜਾਣ, ਉਹਨਾਂ ਦਾ ਜਿਹੜਾ ਨਿੱਜੀ ਸਟਾਫ ਆ ਦਫ਼ਤਰ ਦਾ ਸਟਾਫ ਆ ਉਹ ਉੱਥੋਂ ਹੀ ਹੋਵੇ ਜਿੱਥੇ ਉਹ ਨਵੀਂ ਜਗ੍ਹਾ ਦੇ ਉੱਤੇ ਜਾ ਕੇ ਆਪਣਾ ਅਪੁਆਇੰਟ ਹੁੰਦਾ। ਇਸੇ ਤਰ੍ਹਾਂ ਇੱਕ ਹੋਰ CM ਸਾਹਿਬ ਨੇ ਰਿਵਿਊ ਕੀਤਾ ਸੀਗਾ, ਉਹਨਾਂ ਨੇ ਨਿਰਦੇਸ਼ ਦਿੱਤੇ ਕਿ POs ਨੂੰ ਰਿਵਿਊ ਕਰੋ। ਪ੍ਰੋਕਲੇਮਡ ਅਫੈਂਡਰ ਜਿਹੜੇ ਨੇ ਪੰਜਾਬ 'ਚ ਕਾਫੀ ਜ਼ਿਆਦਾ ਨੇ, ਜਿਹਦੇ ਵਿੱਚ ਹੁਣ ਅਸੀਂ ਇਹ ਸ਼ੁਰੂ ਕੀਤਾ ਹੈ ਕਿ POs ਨੂੰ ਅਸੀਂ 3 ਕੈਟੇਗਰੀਜ਼ 'ਚ ਡਿਵਾਈਡ ਕਰ ਰਹੇ ਹਾਂ, ਇੱਕ ਕੈਟੇਗਰੀ A, ਕੈਟੇਗਰੀ B ਔਰ ਕੈਟੇਗਰੀ C। ਉਹ ਸਜ਼ਾ ਦੇ ਬੇਸ ਦੇ ਉੱਤੇ ਕਰਾਂਗੇ। ਜਿਹੜੇ ਕੇਸਿਸ ਦੇ ਵਿੱਚ 10 ਸਾਲ ਤੋਂ ਉੱਪਰ ਸਜ਼ਾ ਹੈ ਉਹਨੂੰ ਕੈਟੇਗਰੀ A ਦੇ ਵਿੱਚ ਰੱਖਾਂਗੇ ਕਿਉਂਕਿ ਉਹ ਹਾਰਡਕੋਰ ਕ੍ਰਿਮੀਨਲਸ ਹੁੰਦੇ ਆ। ਜਿਹੜੇ 7 ਸਾਲ ਤੋਂ ਉੱਪਰ ਦੀ ਸਜ਼ਾ ਹੈ ਉਹਨਾਂ ਨੂੰ ਕੈਟੇਗਰੀ B 'ਚ, ਔਰ ਜਿੱਥੇ 7 ਸਾਲ ਤੋਂ ਘੱਟ ਦੀ ਸਜ਼ਾ ਹੈ ਉਹਨੂੰ ਕੈਟੇਗਰੀ C ਦੇ ਵਿੱਚ। ਬਹੁਤ ਸਾਰੇ PO ਨੇ, ਜਿੱਦਾਂ ਦੁਆਬਾ ਦੇ ਵਿੱਚ ਬਹੁਤ ਸਾਰੇ ਇਕਨੋਮਿਕ ਓਫੈਂਸਿਸ ਦੇ POs ਨੇ, ਕਈ ਟਰੈਵਲ ਏਜੰਟ ਦੇ ਕੇ ਖਿਲਾਫ਼ ਜਿਹੜੇ ਕੇਸ ਰਜਿਸਟਰ ਕੀਤੇ ਸੀ ਉਹਦੇ PO ਨੇ। ਸੋ ਕਿਹੜੇ PO ਕਿਸ ਕੈਟੇਗਰੀ ਦੇ ਆ, ਲਾਈਕ ਜਿੱਦਾਂ ਮਰਡਰ ਦੇ ਆ, ਰੇਪ ਦੇ ਆ, ਅਟੈਂਪਟ ਟੂ ਮਰਡਰ ਦੇ ਆ, ਡਿਕੋਇਟੀ ਦੇ ਆ, ਉਹ ਸਾਰੇ ਕੈਟੇਗਰੀ A ਦੇ ਵਿੱਚ ਆਉਣਗੇ। ਸਿਮਿਲਰਲੀ ਜੇ ਕੋਈ ਸਨੈਚਿੰਗ ਦੇ ਆ ਜਾਂ ਇਕਨੋਮਿਕ ਓਫੈਂਸਿਸ ਦੇ ਆ ਉਹ ਕੈਟੇਗਰੀ B ਦੇ ਵਿੱਚ ਕਈ ਆਉਣਗੇ ਉਹਦੇ ਵਿੱਚੋਂ, ਔਰ ਜਿਹੜੇ ਛੋਟੇ ਓਫੈਂਸਿਸ ਵਾਲੇ PO ਉਹ C 'ਚ ਆਉਣਗੇ। ਸੋ ਕੈਟੇਗਰੀ ਵਾਈਜ਼ ਫੋਕਸ ਕਰਕੇ ਸਭ ਤੋਂ ਜ਼ਿਆਦਾ ਫੋਕਸ ਜਿਹੜਾ ਹੈ ਉਹ ਕੈਟੇਗਰੀ A ਦੇ ਉੱਤੇ ਕੀਤਾ ਜਾਵੇ, ਕਿਉਂਕਿ ਜਿੰਨੇ ਵੀ ਔਰਗੇਨਾਈਜ਼ਡ ਕ੍ਰਾਈਮ 'ਚ ਇਨਵੋਲਵ ਨੇ ਜਾਂ ਸੀਰੀਅਸ ਕ੍ਰਾਈਮ ਦੇ ਵਿੱਚ ਇਨਵੋਲਵ ਨੇ ਉਹ ਸਾਰੇ ਕੈਟੇਗਰੀ A ਦੇ PO ਨੇ। ਇਸੇ ਤਰ੍ਹਾਂ ਇੱਕ ਹੋਰ ਉਹਨਾਂ ਨੇ ਜਿਹੜੇ ਦਿਸ਼ਾ ਨਿਰਦੇਸ਼ ਮਾਨਯੋਗ CM ਸਾਹਿਬ ਨੇ ਜਿਹੜੇ ਦਿੱਤੇ ਸੀਗੇ ਉਹ ਸੀਗਾ ਕਿ ਐਕਸਟੋਰਸ਼ਨ ਕਾਲਸ ਦੇ ਉੱਤੇ, ਕਿਉਂਕਿ ਬਹੁਤ ਪੰਜਾਬ ਦੇ ਵਿੱਚੋਂ ਸ਼ਿਕਾਇਤਾਂ ਆਈਆਂ ਸੀਗੀਆਂ ਐਕਸਟੋਰਸ਼ਨ ਕਾਲਸ ਦੀਆਂ, ਤਾਂ 130 FIR ਹੁਣ ਤੱਕ ਦਰਜ ਕੀਤੀਆਂ ਗਈਆਂ ਜਿਹਦੇ 'ਚ 117 ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਆ। ਔਰ ਸਾਡੇ ਜਿਹੜੇ ਸਪੈਸ਼ਲਾਈਜ਼ਡ ਵਿੰਗ ਨੇ ਜਿਹਦੇ ਵਿੱਚ ਇੰਟਰਨਲ ਸਿਕਿਉਰਿਟੀ ਵਿੰਗ ਆ, ਐਂਟੀ ਗੈਂਗਸਟਰ ਟਾਸਕ ਫੋਰਸ ਆ, ਉਹ ਖਾਸ ਕਰਕੇ ਇਹਦੇ ਉੱਤੇ ਲੱਗੇ ਹੋਏ ਆ ਕਿ ਐਕਸਟੋਰਸ਼ਨ ਕਾਲਸ ਨੂੰ ਜਿੱਥੇ ਵੀ ਕਿਤੇ ਕੋਈ ਇੰਸੀਡੈਂਟ ਹੁੰਦਾ ਹੈ ਤੁਰੰਤ FIR ਦਰਜ ਕੀਤੀ ਜਾਵੇ, ਆਈਡੈਂਟੀਫਾਈ ਕਰਕੇ ਅਕਿਊਜ਼ ਨੂੰ ਅਰੈਸਟ ਕੀਤਾ ਜਾਵੇ। ਸੋ ਪਿਛਲੇ ਸਮੇਂ ਤੋਂ ਜਦੋਂ ਤੋਂ ਸਖਤੀ ਕੀਤੀ ਆ ਕਾਫੀ ਕਮੀ ਆਈ ਹੈ ਐਕਸਟੋਰਸ਼ਨ ਕਾਲਸ ਦੇ ਵਿੱਚ। ਔਰ ਇਸੇ ਹੀ ਫੋਕਸ ਤਹਿਤ ਗੈਂਗਸਟਰਸ ਅਤੇ ਟੈਰੋਰਿਜ਼ਮ ਦੇ ਉੱਤੇ ਵੀ ਆਪਾਂ ਕਰ ਰਹੇ ਹਾਂ, ਜਿਸ ਤਰ੍ਹਾਂ ਹੁਣ ਤੱਕ 39 ਜਿਹੜੇ ਨੇ ਟੈਰਰ ਮੋਡਿਊਲਸ ਫੜੇ ਗਏ ਨੇ ਔਰ 291 ਜਿਹੜੇ ਨੇ ਉਹ ਗੈਂਗਸਟਰ ਮੋਡਿਊਲਸ ਫੜੇ ਗਏ ਨੇ ਹੁਣ ਤੱਕ। ਸੋ ਮੇਨ ਫੋਕਸ ਜਿਹੜਾ ਹੈ ਡਰੱਗਸ ਦੇ ਉੱਤੇ, ਪਰ ਕਿਉਂਕਿ ਜਿਹੜਾ ਗੈਂਗਸਟਰਸ ਅਤੇ ਸਮਗਲਰਸ ਨੇ ਅਤੇ ਜਿਹੜੇ ਟੈਰੋਰਿਸਟ ਨੇ ਕਈਆਂ ਥਾਵਾਂ 'ਤੇ ਇਹਨਾਂ ਦਾ ਨੈਕਸਸ ਆ,
उस नैक्सिस नू ब्रेक करने वास्ते पूरा काम चल रहा है। और अल्टीमेटली सीएम साहब का जो सुपना है कि पंजाब नू नशा मुक्त बनाना है, वो वास्ते पंजाब पुलिस मानयोग DGP साहब के गाइडेंस के अंडर उन्होंने सुपरविजन के अंदर पूरी तरह काम कर रही है और आने समय के असी सफल भी होंगे। थैंक यू। देखो जिदा आप देखिए पिछले समय काफी वड्डी मात्रा दे विच रिकवरीज हुई है, पांच साडिया मेजर रिकवरीज है जिदे विच 40 किलो 38 किलो की 77 किलो की रिकवरी हुई है। सो एक तो बॉर्डर वाला पार्ट हो गया, बॉर्डर पर जिहड़ियां आपां जिस तरह फस्ट लाइन ऑफ डिफेंस जिहड़ी है BSF दी है, उस तो बाद पंजाब पुलिस दी है सैकेंड लाइन ऑफ डिफेंस, एक तो उस पर फोकस है साडा। सो सिमिलरली बहुत सारे ड्रग्स आपां देखे है, बहुत सारे ड्रोन मूवमेंट भी देखने चाहिए कि ड्रोनस के थ्रू भी ड्रग्स आते हैं। सो ड्रोनस के उत्ते खास काम किया जा रहा है, जिहड़ा एंटी ड्रोन टेक्नोलॉजी जिहड़ी है BSF भी यूज कर रही है। असी अपनी भी दो असी स्पैशल कमेटीज बनाईया वा, एक लोंग टर्म वास्ते और एक इमीजिएट की आपां नूं इक्विपमेंट्स चाहिए, सो उस पर भी फोकस किया जा रहा वा। जिस तरह पिछले समय दे विच जिदा असी डाटा एनालाइज कर रहे सी 2022 तो लैके हुण तक 514 ड्रोन जिहड़े ने साइटिंग्स हुई हैं ड्रोन दी, पर रीसेंटली बहुत सारिया रिकवरीज भी हुई हैं, 121 ड्रोन जिहड़े आ वो मार गिराए गए आ, वो रिकवर किए गए जिहड़े कि BSF ते पंजाब पुलिस के सांझे ऑपरेशन दे विच रिकवर किए गए। सो ड्रग्स के उत्ते जिहड़ा एक तो बॉर्डर से सख्ताई और प्रोएक्टिव, तुसीं देखिया होना पंजाब दे विच बहुत सारिया FIR दर्ज हुई हैं, तो उहदा रीज़न ये है कि पंजाब पुलिस प्रोएक्टिवली अलोंग विद BSF काम कर रही है बॉर्डर के उत्ते और वड्डियां रिकवरीज हो रही हैं। जिन्ने भी बॉर्डर ऑपरेशन होंगे सारे ज्वाइंट होंगे, क्योंकि FIR दर्ज पुलिस को ले हुंदी है, पुलिस की असिस्टेंस भी चाहिए हुंदी है, पुलिस नू भी BSF की असिस्टेंस चाहिए हुंदी है। नहीं उहदे विच देखो अजे तक आपां उहदे विच 64A जिहड़ा है ना उहदे विच मैं देखिया जिद्दां बहुत सारिया गलत फहमियां ने, कईआं नू इह लगदा कि शायद 64A दे तहत जे असीं इह मन्नांगे कि असीं डी एडिक्शन वास्ते तैयार हाँ तां कई उहनूं सोचदे शायद कन्फेशन मन्निया जाएगा। सो उन्होंने होर असी हुण अवेयरनैस क्रिएट करके मोटिवेट करांगे। सो अजे तक उहदे विच सानू वो नतीजे नहीं आने शुरू हुए जो असी चाहते हैं। 64A दे विच इह हुंदा है कि जे स्मॉल क्वांटिटी की FIR दर्ज आ, अक्यूज्ड अरैसटड आ उहदे विच, तो अक्यूज्ड मजिस्ट्रेट दे अगे जाके इह मतलब अपनी स्टेटमेंट दिंदा है कि मैं रीहैबिलिटेशन वास्ते तैयार हाँ, कि मैं डी एडिक्ट होने वास्ते तैयार हाँ। जे अक्यूज्ड डी एडिक्ट होने वास्ते तैयार हो फिर उन्होंने सज़ा नहीं होंगी उस केस के। सो असी ये चाहते हैं कि वध तो वध जिहड़े स्मॉल क्वांटिटी फड़े जाते हैं, जिहड़े कि जिहड़े छोटे कह लो तुसी पैडलर होंगे जां मे बी कंज्यूमरस होन, तो जे वो डी एडिक्ट दो फायदे होंगे 64A दे, एक तो उन्होंने सज़ा नहीं होएगी, दूसरा वो डी एडिक्ट होएगा तो मेन स्ट्रीम के आएगा। सो मेन फोकस देखो साडा जिहड़ा मेन फोकस आ वो जिस तरह मैं पहला दस्सिया इनफोर्समेंट हैगी अगेंस्ट जिहड़े वड्डे समगलर आ, जिहड़े वड्डे पैडलर आ, जिहड़े आम जिहड़े कोई छोटी उम्र के बच्चे विच आ गए, कोई होर जिहड़े स्मॉल क्वांटिटी वाले आ, उस ते मेन फोकस साडा रीहैबिलिटेशन दे उत्ते है कि उन्होंने डी एडिक्ट कराया जाए वध तो वध। सो 64A जिहड़ा है ये डी एडिक्ट कराउण च बहुत लाहेवंद हुंदा है, पर अजे क्योंकि वो उस स्टेज के उत्ते जिहड़ा है कई वारी जिहड़े अक्यूज्ड हुंदे आ स्मॉल क्वांटिटी वाले वो कन्विंस नहीं हो पाउंदे ते वी असीं ये स्टेटमेंट देण नूं तैयार हाँ। सो उस ते असीं काम कर रहे हैं क्योंकि उहदे विच प्रिजन डिपार्टमेंट और जिहड़े बाकी डिपार्टमेंट्स आ उहनां दा भी पूरा सानूं सहयोग चाहीदा वा, जिहड़ा कि कोशिश की जा रही और मैनूं लगदा आउंदे दिनां दे विच रिजल्ट भी आउणगे। सो
how Punjab police is contributing to this operation and what Punjab police is doing, how they are sharing the data? नहीं देखो असी जिहड़ा साडा बॉर्डर एरिया है ना जी उहदा जिन्ना भी मैं जिस तरह दस रहा साडा सिर्फ BSF नाल नहीं साडे तीन स्पैशलाइज्ड विंग ने पंजाब पुलिस दे वन इज STF STF जिहड़ा है वो ड्रग्स ते फोकस करदा है दूसरा साडा हैगा इंटरनल सिक्योरिटी विंग जिहदे विच काउंटर इंटैलीजेंस विंग भी आ जांदा है तीसरा हैगा एंटी गैंगस्टर टास्क फोर्स तो तिन्ने जिहड़े विंग ने उस जिन्नियां भी एजेंसीज ने इनकलूडिंग BSF ਜਿਹੜਾ ਜਿਹੜਾ ਡਾਟਾ ਜਿਸਨੂੰ ਵੀ ਚਾਹੀਦਾ ਹੁੰਦਾ ਜਿਸ ਸਟੇਜ 'ਤੇ ਵੀ ਸਾਰਿਆਂ ਨਾਲ ਹੀ ਸ਼ੇਅਰ ਕੀਤਾ ਜਾਂਦਾ ਸੋ ਸਮਗਲਰਸ ਦਾ ਕਿਉਂਕਿ ਸਮਗਲਿੰਗ ਜਿਹੜੀ ਐਕਟੀਵਿਟੀ ਹੈ ਇਹ ਕ੍ਰੋਸ ਬਾਰਡਰ ਐਕਟੀਵਿਟੀ ਵੀ ਹੈ ਇਹਦੇ ਵਿੱਚ ਕਾਫੀ ਸਾਰੀ ਸੋ BSF ਨੂੰ ਜੋ ਇਨਫੋਰਮੇਸ਼ਨ ਜਿਸ ਸਟੇਜ 'ਤੇ ਵੀ ਚਾਹੀਦੀ ਹੈ ਪੂਰੀ ਸਾਡੇ ਵੱਲੋਂ ਪੰਜਾਬ ਪੁਲਿਸ ਵੱਲੋਂ ਸ਼ੇਅਰ ਕੀਤੀ ਜਾਂਦੀ ਹੈ ਔਰ ਉਹਨਾਂ ਵੱਲੋਂ ਵੀ ਸਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਸਰ ਪਿਛਲੇ ਦਿਨ ਵਿਲੇਜੀ ਦੀ ਕਮੇਟੀ ਬਣਾਈ ਗਈ ਸੀ ਜੈਸਰ ਉਹਦੇ ਵਿੱਚ ਹੁਣ ਕੀ ਅਪਡੇਟ ਹੈ ਜਿਹਨਾਂ ਵਿਲੇਜੀ ਜਿਹੜੇ ਵੀ ਬਾਰਡਰ ਏਰੀਆ ਦੇ ਨਾਲ ਲੋਕ ਰਹਿੰਦੇ ਆ ਉਹਨਾਂ ਦੇ ਨਾਲ ਕੋਆਰਡੀਨੇਸ਼ਨ ਕਿਉਂਕਿ ਅੱਜ BSF ਨੇ ਵੀ ਗੱਲ ਕਹੀ ਹੈ ਕਿ ਕਾਫੀ ਕੋਆਪਰੇਸ਼ਨ ਕਰਦੇ ਆ ਜਿਹੜੇ ਕਿਸਾਨ ਉੱਥੇ ਰਹੇ ਉਹਨਾਂ ਦੀ ਵੀ ਨਿਸ਼ਾਨਦੇਹੀ ਤੋਂ ਉੱਪਰ ਕਰਦੇ ਆ ਲੇਕਿਨ ਹੁਣ ਦੇ ਆਪਾਂ ਪੰਜਾਬ ਪੁਲਿਸ ਨੇ ਇੱਕ ਵਿਲੇਜਸ ਕਮੇਟੀ ਬਣਾਈ ਗਈ ਸੀ WhatsApp ਗਰੁੱਪ ਬਣਾਇਆ ਗਿਆ ਵਿਲੇਜ ਡਿਫੈਂਸ ਕਮੇਟੀਜ਼ ਆਪਾਂ ਬਣਾਈਆਂ ਸੀਗੀਆਂ ਜੀ ਉਹ ਸਾਰੇ ਫਾਜ਼ਿਲਕਾ ਤੋਂ ਸ਼ੁਰੂ ਕੀਤਾ ਸੀਗਾ ਔਰ ਥਰੂ ਆਊਟ ਬਾਰਡਰ ਬਣਾਈਆਂ ਗਈਆਂ ਵਾ ਔਰ ਉਹਨਾਂ ਤੋਂ ਕੋਆਪਰੇਸ਼ਨ ਮਿਲ ਰਹੀ ਆ ਵਿਲੇਜ ਡਿਫੈਂਸ ਕਮੇਟੀਜ਼ ਦੇਖੋ ਅਸੀਂ ਉਹ ਬਹੁਤ ਜ਼ਿਆਦਾ ਸ਼ੇਅਰ ਨਹੀਂ ਕਰਦੇ ਬਿਕੋਜ਼ ਆਫ ਸਿਕਿਉਰਿਟੀ ਰੀਜ਼ਨਸ ਕਿ ਕਈ ਵਾਰੀ ਕੋਈ ਇਨਫੋਰਮੇਸ਼ਨ ਸ਼ੇਅਰਿੰਗ ਹੁੰਦੀ ਹੈ ਤਾਂ ਸਿਕਿਉਰਿਟੀ ਰੀਜ਼ਨਸ ਕਰਕੇ ਬਹੁਤ ਜ਼ਿਆਦਾ ਡਾਟਾ ਨਹੀਂ ਸ਼ੇਅਰ ਕਰਦੇ ਬਟ BSF ਪੰਜਾਬ ਪੁਲਿਸ ਵਿਲੇਜ ਡਿਫੈਂਸ ਕਮੇਟੀਜ਼ ਇਨ ਕੋਆਰਡੀਨੇਸ਼ਨ ਕੰਮ ਕਰ ਰਹੀਆਂ ਬਾਰਡਰ ਏਰੀਆਜ਼ ਦੇ ਵਿੱਚ ਫਾਜ਼ਿਲਕਾ ਲੈ ਲਓ ਫਿਰੋਜ਼ਪੁਰ ਆ ਅੰਮ੍ਰਿਤਸਰ ਰੂਰਲ ਆ ਬਟਾਲਾ ਵਾ ਪੁਲਿਸ ਜ਼ਿਲ੍ਹਾ ਬਟਾਲਾ ਵਾ ਗੁਰਦਾਸਪੁਰ ਆ ਪਠਾਨਕੋਟ ਆ ਸੋ ਸਾਰੀ ਜਗ੍ਹਾ ਤੇ ਕੰਮ ਕਰ ਰਹੀਆਂ ਵਿਲੇਜ ਡਿਫੈਂਸ BSF ਦੀ ਜੋ ਜੁਰਿਸਡਿਕਸ਼ਨ ਪਲਾਨ ਦਾ ਸੀਗਾ ਮਤਲਬ 15 ਕਿਲੋਮੀਟਰ ਤੋਂ 50 ਕਿਲੋਮੀਟਰ BSF ਕਹਿੰਦੀ ਹੈ ਕਿ ਸਾਨੂੰ ਕਾਫੀ ਮਦਦ ਮਿਲ ਰਹੀ ਹੈ ਉਸ ਦੇ ਨਾਲ ਨਹੀਂ ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਸਾਡਾ ਨਹੀਂ ਦੇਖੋ ਜੀ ਇਟਸ ਅ ਜੁਆਇੰਟ ਜਿਹੜਾ ਵੀ ਕੰਮ ਹੁੰਦਾ ਸਾਰਾ ਬਾਰਡਰ ਦੇ ਉੱਤੇ ਜੁਆਇੰਟ ਹੀ ਹੁੰਦਾ ਵਾ ਇਸ ਤਰ੍ਹਾਂ ਦਾ ਕੋਈ ਅਪੋਜ਼ ਕਰਦੀ ਸੀਗੀ ਨਹੀਂ ਉਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਜੀ ਬਟ ਸਾਡਾ ਕੋਆਰਡੀਨੇਸ਼ਨ ਬਹੁਤ ਅੱਛਾ ਹੈ ਉਹਦੇ ਵਿੱਚ ਦੇਖੋ ਜਿਹੜਾ ਜਿਸ ਤਰ੍ਹਾਂ ਹੁਣ ਰੀਸੈਂਟਲੀ STF ਜਿਹੜਾ ਸਾਡਾ ਸਪੈਸ਼ਲਾਈਜ਼ਡ ਜਿਹੜਾ ਵਿੰਗ ਆ ਸਪੈਸ਼ਲ ਟਾਸਕ ਫੋਰਸ ਉਹ ਪ੍ਰੋਜੈਕਟ ਕਰ ਰਹੇ ਆ ਉਹ ਬਣਾ ਕੇ ਭੇਜ ਰਹੇ ਆ ਔਰ ਉਹ ਜ਼ਰੂਰ ਰਿਲੀਜ਼ ਹੋਏਗਾ ਜੋ ਰੀਸੈਂਟਲੀ ਜੋ ਇਹਦੇ ਬਾਰੇ ਮੈਨੂੰ ਡਿਟੇਲਸ ਨਹੀਂ ਪਤਾ ਬਟ ਅੱਜ ਹੀ ਟੇਕਅਪ ਕੀਤਾ ਗਿਆ DGP ਸਾਹਿਬ ਨੇ ਅੱਜ ਹੀ ਉਹਨਾਂ ਨੂੰ ਡਾਇਰੈਕਸ਼ਨਸ ਦਿੱਤੀਆਂ STF ਨੂੰ ਕਿ ਬਣਾ ਕੇ ਭੇਜ ਕੇ ਸ਼ੇਅਰ ਕੀਤਾ ਜਾਵੇ ਔਰ ਉਹ ਜਲਦੀ ਹੀ ਰਿਲੀਜ਼ ਹੋਏਗਾ ਨਹੀਂ ਕਈ ਥਾਵਾਂ 'ਤੇ ਦੇਖੋ ਇਹ ਕਈ ਤਰ੍ਹਾਂ ਦੇ ਆ ਕਈ ਕਈ ਥਾਵਾਂ 'ਤੇ ਫੇਕ ਵੀ ਪਾਈਆਂ ਗਈਆਂ ਕਈ ਥਾਵਾਂ 'ਤੇ ਕਿਸੇ ਨਾਲ ਜੁੜੇ ਵੀ ਹੋਏ ਆ ਸੋ ਐਸ ਸੱਚ ਇੱਕ ਪੈਟਰਨ ਨਹੀਂ ਹੈ ਕੋਈ ਉਹਦੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਤਰ੍ਹਾਂ ਦਾ ਪੈਟਰਨ ਆ ਕਈ ਜਗ੍ਹਾ ਦੇ ਉੱਤੇ ਹਾਰਡ ਕੋਰ ਕ੍ਰਿਮੀਨਲਸ ਵੀ ਇਨਵੋਲਵ ਨੇ ਜਿਹੜੇ ਫੜੇ ਵੀ ਗਏ ਆ ਜਿਸ ਤਰ੍ਹਾਂ ਰੀਸੈਂਟਲੀ ਬਟਾਲਾ ਪੁਲਿਸ ਨੇ ਕੀਤਾ ਸੀਗਾ ਈਵਨ ਅੰਮ੍ਰਿਤਸਰ ਰੂਰਲ ਪੁਲਿਸ ਨੇ ਕੀਤਾ ਸੀਗਾ ਸੋ ਹਰ ਤਰ੍ਹਾਂ ਦੀ ਫੇਕ ਕਾਲਸ ਵੀ ਹੈਗੀਆਂ ਇਹਦੇ ਵਿੱਚ ਜਿਨ੍ਹਾਂ ਨੇ ਫੇਕ ਪ੍ਰੋਜੈਕਟ ਕੀਤਾ ਆਪਣੇ ਆਪ ਨੂੰ ਸੋ ਟੋਟਲ 130 FIR ਦੇ ਵਿੱਚ 117 ਅਕਿਊਜ਼ਡ ਅਸੀਂ ਅਰੈਸਟ ਕੀਤੇ ਆ ਹੁਣ ਤੱਕ ਸਾਰਿਆਂ 'ਤੇ ਹੁੰਦੀ ਹੈ ਜੀ ਜਿਹੜਾ ਫੇਕ ਕਾਲ ਕਰਦਾ ਉਹਦੇ 'ਤੇ ਵੀ ਕਾਰਵਾਈ ਹੁੰਦੀ ਹੈ ਆਪਾਂ ਬਿਕੋਜ਼ ਲੀਗਲੀ ਥਰੈਟ ਤਾਂ ਕੀਤਾ ਹੀ ਹੈ ਨਾ ਜੀ ਉਹਨੇ ਦੇਖੋ ਇਹ ਸਾਈਬਰ ਕ੍ਰਾਈਮ ਚ ਆਉਂਦੇ ਆ ਇੱਦਾਂ ਦੇ ਫੇਕ ਕਾਲਸ ਦੇ ਜਿਹੜੇ ਹੈਗੇ ਆ ਸੋ ਜਿੱਥੇ ਵੀ ਸਾਡੇ ਨੋਟਿਸ ਚ ਆਉਂਦਾ ਤੁਰੰਤ FIR ਕੀਤੀ ਜਾਂਦੀ ਉਹਦੇ ਵਿੱਚ ਸੋ ਜੇ ਕਿਸੇ ਨੂੰ ਬਲਕਿ ਕੋਈ ਆਪਾਂ ਨੂੰ ਅਵੇਅਰ ਕਰਨ ਦੀ ਵੀ ਜ਼ਰੂਰਤ ਹੈ ਲੋਕਾਂ ਨੂੰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ ਫੇਕ ਤੁਰੰਤ ਪੁਲਿਸ ਕੇਸ ਰਜਿਸਟਰ ਕਰਾਉਣਾ ਚਾਹੀਦਾ ਉਹਦੇ ਵਿੱਚ ਨਹੀਂ ਨਹੀਂ ਉਹਦੇ ਵਿੱਚ ਦੇਖੋ ਕੋਈ ਨਾ ਕੋਈ ਲਿੰਕ ਕੋਈ ਨਾ ਕੋਈ ਕਲੂ ਮਿਲ ਜਾਂਦਾ ਹੈ ਹਰ ਕੇਸ ਦੇ ਵਿੱਚ ਸੋ ਜਦੋਂ ਜੇ ਆਪਾਂ ਉਹਨੂੰ ਪ੍ਰੋਪਰ ਫੋਲੋ ਅਪ ਕਰੀਏ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਕਿ ਕੰਪਲੇਂਟ ਫਾਈਲ ਹੋਣੀ ਚਾਹੀਦੀ ਪੁਲਿਸ ਕੋਲ ਕੇਸ ਰਜਿਸਟਰ ਹੋਏਗਾ ਫੋਲੋ ਅਪ ਹੋਏਗਾ ਕ੍ਰਿਮੀਨਲ ਨੇ ਕੋਈ ਨਾ ਕੋਈ ਕਲੂ ਛੱਡਿਆ ਹੁੰਦਾ ਕਿਸੇ ਨਾ ਕਿਸੇ ਸੋ ਚਾਹੇ ਦੀ ਉਹ ਫੇਕ ਨੰਬਰ ਤੋਂ ਕਰ ਰਿਹਾ ਚਾਹੇ ਦੀ ਫੋਰਨ ਦੇ ਨੰਬਰ ਜਨਰੇਟ ਕਰਕੇ ਕਰ ਰਿਹਾ ਚਾਹੇ ਕਿਵੇਂ ਮਰਜ਼ੀ ਕਰ ਰਿਹਾ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਕਿਉਂਕਿ ਜਿੰਨੇ ਆ ਮੈਂ ਦੱਸਿਆ ਜਿਹੜੇ ਟਰੇਸ ਵੀ ਹੋਏ ਆ ਸਾਰੇ ਇਸ ਤਰ੍ਹਾਂ ਦੀ 130 ਕਾਲਸ ਇਸ ਤਰ੍ਹਾਂ ਦੇ ਨੰਬਰਾਂ ਤੋਂ ਹੀ ਆਈਆਂ ਜਿਹਦੇ ਵਿੱਚ ਫਿਰ ਵੀ ਪੁਲਿਸ ਨੇ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਅਰੈਸਟ ਕੀਤੇ ਆ ਲੋਕਾਂ ਦੇ ਵਿੱਚ ਕਾਫੀ ਸਮੇਂ ਤੋਂ ਤਣਾਅ ਨੇ ਉਹਨਾਂ ਨੂੰ ਹੁਣ ਰੀਸ਼ਫਲ ਕੀਤਾ ਜਾਏਗਾ
नहीं देखो ये जेड़ा 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 एसएसपीज ते सीपीज नूं भेजा गया वा वो तो सारे किते वास्ते है। हुण जदों एनालाइज होएगा हर क्योंकि जिला जिला अपना एनालाइज करेगा ना कौन बंदा एक पर्टिकुलर जगह ते किन्नी देर तो तैनात है तो वो जो पूरा डाटा एनालाइज होएगा उदों ही पता लगेगा कि केड़ा एरिया ज़्यादा अफेक्टेड है। बट ये हैगा सारे पंजाब वास्ते लड़ाई जिहड़ी ड्रग्स दे अगेंस्ट आ बॉर्डर एरिए तो पिलफरेज होंदी आ बॉर्डर एरिया तो आ सकता वा पर लड़ाई साड़ी पूरे पंजाब च नशा पूरे पंजाब च खत्म करना है। वो चल रहा जी ये स्पैशल डी जी लॉ एंड ऑर्डर है उन्होंने अंडर कमेटी बनी हुई है और वो काम कर रहे वो उत्ते और वो मतलब इट्स इन पाइपलाइन चल रहा है। देखो वो जरा नहीं अजय जी ए डी जी पी प्रिजन जोड़े ने पूरा एनालाइज कर रहे हैं और जे जो भी उन्होंने रिपोर्ट होएगी जो पुलिस के वालों कोई कार्रवाई चाहते हो कोई बंदी होएगी जरूर होएगी शेयर पंजाब पुलिस ने किया पर ये नाल नाल जिस तरह हूँ मैं मानजोग सी एम साहब ने रिव्यू किया 5 दिसंबर उन्होंने प्रिजन डिपार्टमेंट का भी पूरा रिव्यू किया काफ़ी सारे स्टैप्स आ जोड़े ले जा रहे हैं जिस तरह फॉर एग्जाम्पल मोबाइल फोन जितने रिकवर होंगे उत्ते उन्होंने दिशा निर्देश है कि प्रॉपर एफ आई आर दर्ज करके बैकवर्ड फॉरवर्ड लिंकेज जोड़े लभे जा प्रॉपर इन्वेस्टिगेशन हो गए। सैकेंड आ कि जेल्स के हाई क्वालिटी स्कैनरस जोड़े आप नॉर्मली इंटरनेशनल एयरपोर्ट्स से देखते हैं बॉडी स्कैनरस वो जेल्स के लगाए जा रहे हैं वो वास्ते उन्होंने कहा कि बेस्ट क्वालिटी के स्कैनरस अज तक की लेटैसट टैक्नोलॉजी बेस्ड जोड़े स्कैनरस ने वो लगाए जा सो 6 जेल्स के स्कैनर लग रहे हैं 12 के करीब स्कैनर लग रहे हैं तीसरा नहीं लग रहे हैं जी वो प्रोसैस आ प्रक्योर कर रहे हैं जी। तीसरा हैगा कि आर्टिफिशियल इंटैलीजेंस बेस्ड सीसीटीवी कैमराज लगाए जाने कैमराज लगे हुए हैं बट उन्होंने एआई बेस्ड किया जाए तो किसी भी तरह का एनालिसिस कर सकते हो तो ये स्टैप्स जोड़े आ प्रिजन डिपार्टमेंट में क्योंकि बाकी डिटेल तो ए डी जी पी प्रिजन शेयर कर सकते हैं पर कुछ चीज़ा जड़ियाँ ने जो पुलिस के नाल डायरैक्टली रिलेटड ने फिर हर जिले के जोड़े साडे जिले आ खास करके वड्डे डिस्ट्रिक्ट आ उत्ते पीसीआर की स्ट्रेंथ जी एनहांस की जा रही है और वो कुछ रिसोर्स जोड़े आ पेरीफेरल सिक्योरिटी वास्ते जेल की क्योंकि बहुत सारे मोबाइल जोड़े आ वो बाहरों भी सुट्टे जाते हैं जेल जो डाटा एनालाइज किया सो जेल्स की भी जी परफॉर्मेंस कह लो तुम एडमिनिस्ट्रेशन आ जी उन्होंने इंप्रूव किया जा रहा है ता जो होर फुल प्रूफ सिस्टम अस्टैबलिश किया जा सके। पार्ट उही मैं कह रहा जी वो वाला जो पार्ट है ना ए डी जी पी प्रिजन एग्जामिन कर रहे हैं तो करके क्योंकि जी इनफॉर्मेशन इंटैलीजेंस बेस थी शेयर की गई इट्स ऑन रिकॉर्ड कि फरवरी के शेयर की गई थी हुण उहदा फरदर किहड़ी जगह पर हुई किवें हुई वो जो भी उन्होंने फाइंडिंग्स होणगियां उहदे बेसिस ते कार्रवाई की जाऊगी। नहीं राजस्थान देखो साडा जिहड़ियां जिन्नियां अगे भी मैं हमेशा दसदा जो आप गैंगस्टर्स की गल करते हैं ना साडा सारे नाल थ्रू आउट ही कॉन्टैक्ट रहिंदा वा इह तां अनफॉर्चुनेट इंसीडेंट हो गया अदरवाइज भी हिमाचल पुलिस नाल हरियाणा पुलिस नाल दिल्ली पुलिस के नाल राजस्थान के नाल बाकी भी कई बार आप पहला भी राजस्थान तो जोड़े आ गैंगस्टर्स फड़ के लाए हैं सो ये ऑलरेडी इन टच ने साडे नाल राजस्थान पुलिस देखो वाहन का जोड़ा है वो जी लॉ के मुताबिक ये होंगे है कि जे ओनर आप नोटिस देने ओनर वास्ते तो ओनर क्लेम ना करे फिर वह अलग प्रोसीजर है बट जी गल तुम कर रहे हो कि जिमें पुलिस स्टेशन के जो वाहन है वो ऑलरेडी असी कोशिश कर रहे हैं कि जेडे वो ओनर आइडेंटिफाई करके लीगल प्रोसैस के थ्रू जो भी लीगल प्रोसैस है फॉलो करके सब तो पहला पुलिस का इंडेवर ये होंगे कि वाहन जोड़ा है मतलब जो भी वहीकल आ मोटरसाइकिल आ स्कूटर आ कार किसी भी केस जे थोड़े कब्जे चा
तो ओनर नूं दिता जावे अंटिल एंड अनलेस वो किसी क्राइम च इनवॉल्व होवे ते क्रिमिनल केस वास्ते प्रोसीडिंग्स वास्ते चाहिए होवे। सो वो ऑलरेडी चल रहे और इन्हों होर अग्रेसिवली कराएंगे। ठीक है, थैंक यू।